ਵਾਹਿਗੁਰੂ ਰੱਖੜੀ ਬਣਾਉਣ ਬੈਠੀ ਹੋਈ ਆ ਮਿਲੀ ਕੀ ਲੈ ਕੇ ਆਈ ਸਮਾਨ ਸ਼ੋਪਿੰਗ ਕਰਕੇ ਲਿਆਏ ਐਡੀਓ ਸਾਹਿਬ ਵੀ ਬੈਠੇ ਤਿਆਰੀ ਕਰਨ ਡੇ ਹੇਮਕੁੰਟ ਸਾਹਿਬ ਜਾਣ ਦੀ ਕੀ ਲੈ ਕੇ ਆਉਣਾ ਉੱਥੇ ਹੁੰਦਾ ਹੀ ਕੁਛ ਨੀ ਆ ਮੀਂਹ ਬਹੁਤ ਪੈਂਦਾ ਰਹਿੰਦਾ ਤੇ ਚਿੱਕੜ 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 ਕਦੀ ਵੀ ਖਡੌਣਾ ਲਿਆ ਕੇ ਦਿੱਤਾ ਉਹਨੂੰ ਕਦੀ ਵੀ ਖਡੌਣਾ ਲਿਆ ਕੇ ਦਿੱਤਾ ਕੋਈ ਨੀ ਪੈਸੇ ਮਿਲੇ ਵੀ ਗਏ ਤੁਹਾਨੂੰ ਤੁਸੀਂ ਜਿਹੜਾ ਖਡੌਣੇ ਯਾਦ ਕਰੋ ਨੇ ਤੁਹਾਨੂੰ 10,000 ਮਿਲ ਗਿਆ ਵਾ ਚਲੋ ਅੱਗੇ ਤੇ ਪੱਠੇ ਮੈਂ ਹੀ ਪਾਉਣਾ ਲੈ ਆਵਾਂਗੇ ਪੱਠੇ ਵੀ ਰਾਜੇ ਨੇ ਥੋੜਾ ਜਾਣਾ ਹਾਂਜੀ ਤੇ ਘਰੋਂ ਨਿਕਲ ਗਏ ਆ ਹੁਣ ਆਪਾਂ ਚੱਲੇ ਸੀਗੇ ਤਲਨ ਸਾਹਿਬ ਮੱਥਾ ਟੇਕਣ ਕਿਉਂਕਿ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਹਾਂ ਨਾ ਤੇ ਸਾਡੇ ਕੋਲ ਬੜੇ ਪਾਪ ਹੁੰਦੇ ਆ ਉਹਨਾਂ ਪਾਪਾਂ ਦਾ ਪ੍ਰਾਸ਼ਚਿਤ ਕਰਨ ਵਾਸਤੇ ਫਿਰ ਹੁਣ ਡੇਲੀ ਤਲਨ ਸਾਹਿਬ ਜਾਈਦਾ ਆਪਾਂ ਜਦੋਂ ਤੱਕ ਇੱਥੇ ਉਦੋਂ ਤੱਕ ਡੇਲੀ ਤਲਨ ਸਾਹਿਬ ਜਾਂਦੇ ਚਿਕਨ ਚੁਕਨ ਵੀ ਸਾਰਾ ਕੁਛ ਛੱਡਿਆ ਹੋਇਆ ਵਾ ਕਿਉਂਕਿ ਮੈਂ ਉੱਦਾਂ ਛੱਡਿਆ ਨਹੀਂ ਹੈਗਾ ਪਰ ਜਦੋਂ ਮੈਂ ਤਲਨ ਮੱਥਾ ਟੇਕ ਕੇ ਆਉਂਦਾ ਜਾਂ ਜਿੱਦਣ ਜਾਣਾ ਹੁੰਦਾ ਉੱਦਣ ਮੈਂ ਖਾਂਦਾ ਨਹੀਂ ਆ ਸੋ ਹੁਣ ਡੇਲੀ ਜਾਂਦੇ ਹਾਂ ਸੋ ਤਾਂ ਕਰਕੇ ਨਹੀਂ ਖਾਈਦਾ ਅਤੇ ਇਸ ਕਰਕੇ ਆਪਾਂ ਹੁਣ ਲਾਈਕ ਖਾਲਿਸਤਾਨ ਦਾ ਅਤੇ ਹੁਣ ਆਪਾਂ ਚੱਲੇ ਹਾਂ ਅਤੇ ਪੱਠੇ ਲੈ ਲਈਏ ਪਹਿਲਾਂ ਪੱਠੇ ਲੈ ਕੇ ਫਿਰ ਸਿੱਧਾ ਆਪਾਂ ਪਹੁੰਚ ਜਾਣਾ ਵਾ ਉੱਥੇ ਫਿਰ ਤਲਨ ਸਾਹਿਬ ਮੱਥਾ ਟੇਕ ਕੇ ਸਿੱਧਾ ਘਰ ਪਹੁੰਚ ਜਾਣਾ ਇੰਨੀ ਕੁ ਜਰਨੀ ਹੁੰਦੀ ਆ ਆਪਣੀ ਰੋਜ਼ ਤੋਂ ਲੈ ਕੇ 4 ਵਜੇ ਪਹਿਲਾਂ ਤਾਂ ਆਪਾਂ 3-4 ਵਜੇ ਸੋਈਦਾ ਫਿਰ 3-4 ਵਜੇ ਦੁਪਹਿਰੇ ਉੱਠੀਦਾ ਰੋਟੀ ਖਾ ਕੇ 5 ਵਜੇ ਫਿਲਮ ਮੁੱਕੀ ਤੇ ਦੂਜੀ ਲਾ ਕੇ ਬੈਲਾ ਲੱਗਾ ਉਹ ਮੈਂ ਗਿਆ ਤੇਰੇ ਅੱਗੇ ਜੋੜਿਆ 5 ਵਜੇ ਮੁੱਕੀ ਗੱਲ ਦੇਖੀ ਭੂਲ ਭੁਲੇਜਾ 2 5 ਵਜੇ ਮੁੱਕੀ ਮੈਂ ਕਰਾਂ ਕੁਛ ਟਾਈਮ ਹੋਇਆ ਨਾ ਅੱਜ ਆਪਾਂ ਲੋਕ ਐਂਡ ਕੀ ਵੇਖਣੀ ਵੈਬ ਸੀਰੀਜ਼ ਆ ਗਈ ਆ 10 ਤਰੀਕ ਨੂੰ ਰਿਲੀਜ਼ ਹੋਣੀ ਸੀ ਅੱਜ ਰਿਲੀਜ਼ ਹੋ ਗਈ ਆ ਹੁਣ ਉਹ ਲੋਕ ਐਂਡ ਕੀ ਦੇਖਣੀ ਅੱਜ ਨੈਟਫਲਿਕਸ ਤੇ ਹੈਗੀ ਵੈਬ ਸੀਰੀਜ਼ ਬੜੀ ਘੈਂਟ 3rd ਸੀਜ਼ਨ ਆਇਆ ਉਹਦਾ ਫਿਨਿਸ਼ ਕਰਤੀ ਪਰ ਉਹਨਾਂ ਨੇ ਵੈਬ ਸੀਰੀਜ਼ ਉੱਥੇ ਹੁਣ ਉਹ ਦੇਖਣਾ ਅੱਜ ਤੇ ਉਹਦੇ ਕਰਕੇ ਆਪਾਂ ਲੇਟ ਹੋ ਜਾਣਾ ਫਿਰ ਹੁਣ ਪੱਠੇ ਲਈਏ ਬਸ ਬਾਕੀ ਢੋਲਕੀ ਵੀ ਨਾਲ ਹੀ ਹੈ ਸਾਡੇ ਚਿਮਟਾ ਅੱਗੇ ਬੈਠਾ ਵਾ ਹਰਮੋਨੀਅਮ ਤਬਲਾ ਪਿੱਛੇ ਬੈਠਾ ਵਾ ਹਰਮੋਨੀਅਮ ਅੱਗੇ ਬੈਠਾ ਵਾ ਤੇ ਹੁਣ ਚੱਲੇ ਆ ਪੱਠੇ ਲੈਣ ਕਿੱਥੇ ਚੱਲੇ ਰਾਜੇ ਪੱਠੇ ਲੈਣ ਡੱਬੇ ਲੈ ਲੈਟ ਹੀ ਨੀ ਹੋਈ ਹਜੇ ਸਾਡੀ ਇਸ ਟਾਈਮ ਆਪਾਂ ਚੱਲ ਪਹਿਲਾਂ ਸ਼ੇਰੂ ਵੇ ਪੂਰਾ ਨੱਚਣ ਡਿਆ ਉਹ ਵੇ ਸ਼ੇਰੂ ਚੈੱਕ ਕਰ ਪੂਰਾ ਨੱਚਦਾ ਪੂਰੇ ਸਟੈਪ ਚੱਕਦਾ ਨਾਲ ਨੱਚਦਾ ਪੂਰਾ ਉਹਦੇ ਚੱਲ ਪੱਗ ਇਹ ਚੱਲ 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 ਪੱਗ ਲੈ ਓਏ ਕਿੰਨਾ ਚਿਰ ਖੜਾ ਹੋ ਜਾਂਦਾ ਮੈਂ ਤਾਂ ਬਾਬੇ ਤੁਸੀਂ ਮੇਰੇ ਜਿਹੜਾ ਲਾਸਟ ਵਲੌਗ ਦੇਖਿਆ ਜਿਹਦੇ ਵਿੱਚ ਟੈਟੂ ਰਿਐਕਸ਼ਨ ਸੀਗਾ ਮੇਰਾ ਅਤੇ ਹੈ ਨਾ ਉਹਦਾ ਥੰਬਨੇਲ ਹੈਗਾ ਪਾਪਾ ਦੀ ਮੇਰੀ ਫੋਟੋ ਆ ਅਤੇ ਉਹ ਆ ਗਈ ਟੈਟੂ ਰਿਐਕਸ਼ਨ ਵਲੌਗ ਉਹਦੇ ਲਾਸਟ ਜਿੱਥੇ ਮੈਂ ਐਂਡਿੰਗ ਕਰਦਾ ਉੱਥੇ ਮੈਂ ਇੱਕ ਗਾਣਾ ਤੁਹਾਨੂੰ ਸੁਣਾਇਆ ਸੀ ਕਿਸੇ ਵੀਰ ਦਾ ਉਹ ਭਾਅ ਜੀ ਹੁਣਾਂ ਨੇ ਮੈਨੂੰ ਦੂਜਾ ਪਾਰਟ ਭੇਜਿਆ ਹੁਣ ਤੁਹਾਨੂੰ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਕਿ ਤੁਸੀਂ ਵੀ ਇੰਜੋਏ ਕਰੋ ਬੜਾ ਘੈਂਟ ਆ ਭਰਾ ਸਾਡਾ ਵੀਰ ਬੜਾ ਘੈਂਟ ਆ ਅਤੇ ਨਾ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਸੋ ਗਾਣਾ ਸੁਣੋ ਤੁਸੀਂ ਬਸ ਗਾਣਾ ਇੰਜੋਏ ਕਰੋ ਮਿੱਠਾ ਕਿਵੇਂ ਸਵਾਹ ਹੋ ਜੂਗਾ ਖਾਂਦਾ ਚੋਬਰ ਜੀ ਨੇ ਨੀ ਚੋਬਰ ਖਾਂਦਾ ਜੇ ਨੀ ਉੱਤੋਂ ਪਾਣੀ ਪਿੰਦਾ ਖੁੱਲਾ ਨੀ ਗਰਮੀਆਂ ਚ ਨੀ ਉਹ ਨਿਕਲੀ ਤਾਂ ਘਰੋਂ ਬਾਹਰ ਸਿੱਧੀਆਂ ਸਾਡੀ ਪੂਰੀ ਜਾਣ ਬਹਿ ਜਾਣ ਐਨਕਾਂ ਦਰਬਾਰ ਜਾ ਬਲਾ ਗੁਲਿੱਤੀਆਂ ਤਿੱਤਲੀਆਂ ਸਾਡੇ ਉੱਤੇ ਸੈਂਟੀ ਬਾੜ ਤਿੱਤਲੀਆਂ ਸਾਡੇ ਉੱਤੇ ਸੈਂਟੀ ਬਾਹਲੀਆਂ ਬਸ
ਕਹਿੰਦਾ ਐਨਕਾ ਦਰਬਾਰ ਸਾਹਿਬ ਲਾਗੋ ਲਿੱਤੀਆਂ ਭਾਈ ਤੁਹਾਨੂੰ ਤੁਸੀਂ ਧੰਨ ਤੁਹਾਡੀ ਸਿੰਗਿੰਗ ਧੰਨ ਜੇ ਤੁਹਾਡੀ ਲਿਖਤ ਭਾਜੀ ਮੈਂ ਕਿਹਾ ਲਿਖਤ ਤਾਂ ਭਾਜੀ ਉਹਨਾਂ ਦੀ ਆਈ ਨੀ ਗੀ ਉਹਨਾਂ ਨੇ ਥੋੜੀ ਐਡਿੰਗ ਕੀਤੀ ਭਾਜੀ ਉਹੀ ਨਾ ਵਿੱਕੀ ਨੇ ਲਿਖਿਆ ਜੋ ਗਾਣਾ ਉਹ ਕੁਛ ਨਹੀਂ ਸੀ ਚਲੋ ਭਾਈ ਜਿਹੜਾ ਆਹ ਗਾਣਾ ਲਿਖਤਾ ਭਾਜੀ ਉਹਨਾਂ ਨੇ ਆਹ ਪਹਿਲਾ ਪਾਰਟ ਆਹ ਸੀਗਾ ਸੁਣ ਲਓ ਪਹਿਲਾ ਪਾਰਟ ਸੀ ਉਹਦਾ ਦੂਜਾ ਤੁਸੀਂ ਸੁਣ ਲਿਆ ਪਹਿਲਾਂ ਬਸ ਮੈਂ ਵਲੌਗ ਹੀ ਬਣਾਉਣ ਲੱਗਾ ਸੀ ਭਲਾ ਫਿਲਮ ਦੇਖਣ ਲੱਗੇ ਆ ਜੀ ਲੋਕਾਂ ਨੇ ਟ੍ਰੇਲਰ ਹੀ ਵੇਖਿਆ ਵੈਸੇ ਤਾਂ ਮੈਂ ਬਹੁਤ ਹੀ ਘੈਂਟ ਹੋ ਗਈ ਜਿਹਨੇ ਵੈਬ ਸੀਰੀਜ਼ ਨਹੀਂ ਦੇਖੀ ਲੋਕ ਕਣਕੀ ਵੇਖ ਸਕਦਾ ਅੱਜ ਹੀ ਰਿਲੀਜ਼ ਹੋਈ ਆ ਬਹੁਤ ਘੈਂਟ ਆ ਤੇ ਓਏ ਆਹ ਵਾ ਚਾਬੀਆਂ ਦੀ ਫਿਲਮ ਬਣੀ ਚਾਬੀ ਦਿਖਾਈ ਉਹਨੇ ਹੁਣੇ ਆ ਚਾਬੀ ਫੇਰ ਇਹਨਾਂ ਕੋ ਆ ਗਈ ਯਾਰ ਇਹ ਕਿੱਥੋਂ ਆ ਗਈ ਇਹਨਾਂ ਕੋ ਫਿਰ ਲਾਸਟ ਚ ਦੋ ਬੰਦੇ ਜੇ ਘੁੰਮਦੀ ਆ ਸੋ ਵਲੌਗ ਏਦਾਂ ਵਾ ਕਿ ਸਵੇਰੇ ਰੱਖੜੀ ਆ ਸਵੇਰੇ ਹੀ ਕੰਟੀਨਿਊ ਕਰਾਂਗੇ ਹੁਣ ਤਾਂ ਆਪਾਂ ਵੇਖਣ ਲੱਗੇ ਹਾਂ ਵੈਬ ਸੀਰੀਜ਼ ਹਜੇ ਵੱਜੇ ਦੋ ਖਾਣ ਨੂੰ ਵੀ ਔਡਰ ਵੈਸੇ ਤਾਂ ਆਪਾਂ ਟੀਫਨ ਲਿਆ ਕੇ ਰੱਖਿਆ ਹੋਇਆ ਵੇਖੋ ਪ੍ਰੋਟੀਨ ਨਾਲ ਪ੍ਰੋਟੀਨ ਦਾ ਡੱਬਾ ਪੁੱਛਦੇ ਯਾਰ ਸਾਰੇ ਜਣੇ ਤੁਸੀਂ ਕੌਣ ਖਾਂਦਾ ਵਾ ਖਾਂਦਾ ਕੋਈ ਵੀ ਨਹੀਂ ਹੈਗਾ ਪ੍ਰਮੋਸ਼ਨ ਕੀਤੀ ਸੀ ਤਾਂ ਮੈਨੂੰ ਉਦੋਂ ਮਿਲਿਆ ਸੀਗਾ ਵੈਸੇ ਓਰੀਜਨਲ ਡੱਬਾ ਵਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਮੈਨੂੰ ਮੈਸੇਜ ਨਾ ਕਰਿਓ ਮੈਂ ਨਹੀਂ ਦੇਣਾ ਹੈਗਾ ਠੀਕ ਆ ਕਿਉਂਕਿ 2 ਸਾਲਾਂ ਤਾਂ ਮੇਰੇ ਘਰੇ ਵੀ ਪਿਆ ਵਾ ਮੈਂ ਦਿੱਤਾ ਕਿਸੇ ਨੂੰ ਵੀ ਨਹੀਂ ਹੈਗਾ ਉੱਦਾਂ ਹੀ ਸਿਰਾਣੇ ਰੱਖਿਆ ਹੋਇਆ ਅਤੇ ਕਿਉਂਕਿ ਜਿੰਮ ਜਾਣ ਦਾ ਟਾਈਮ ਹੀ ਨਹੀਂ ਹੁੰਦਾ ਨਹੀਂ ਤਾਂ ਖਾਣਾ ਕਦੇ ਨਹੀਂ ਤਾਂ ਮੈਂ ਕਦੋਂ ਦਾ ਖਾ ਕੇ ਮੁਕਾ ਦੇਣਾ ਜੀ ਸੋ ਮੈਂ ਦੇਣਾ ਕਿਸੇ ਨੂੰ ਵੀ ਹੈ ਤਾਂ ਕੋਈ ਮੈਸੇਜ ਨਾ ਕਰਿਓ ਬਸ ਲਿਆ ਕੇ ਓਰੀਜਨਲ ਡੱਬਾ ਸਜਾ ਕੇ ਰੱਖਿਆ ਨੈਟਰੋਟੈਕ ਦਾ ਵੇ ਪ੍ਰੋਟੀਨ ਲੈ ਕੇ ਰੱਖਿਆ ਕਿਉਂਕਿ ਪ੍ਰਮੋਸ਼ਨ ਕੀਤੀ ਸੀ ਦੋ ਦੋ ਲਿਆ ਸੀਗਾ ਅਤੇ ਬਾਕੀ ਰੋਟੀ ਸਾਗ ਦੇ ਨਾਲ ਪਈ ਹੋਈ ਟੀਫਨ ਰੱਖਿਆ ਹੋਇਆ ਕੋਲ ਲਿਆ ਕੇ ਅਤੇ ਬਸ ਬਸ ਇਹੀ ਸੀਗਾ ਸਿਸਟਮ ਸਾਰਾ ਅਤੇ ਬੈਠੇ ਹੋਏ ਪਿੱਛੇ ਭਾਜੀ ਭਾਈ ਸਾਹਿਬ ਨੇ ਇੱਦਾਂ ਲੈਪਟੋਪ 'ਚ ਮਾੜਾ ਜਿਹਾ ਸੀ ਕੋਈ ਪ੍ਰੋਜੈਕਟ ਕਰਨ ਡੇ ਸੀ ਉੜਾ 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 ਬਾਕੀ ਬਸ ਵੈਬ ਸੀਰੀਜ਼ ਦੇਖਦੇ ਹਾਂ ਅਤੇ ਇੰਨਾ ਕੁ ਸੀ ਵਲੌਗ ਲੈਟਸ ਗੋ ਬਲ ਇੰਨਾ ਕੁ ਨਹੀਂ ਸੀ ਵਲੌਗ ਵਲੌਗ ਅਜੇ ਸ਼ੁਰੂ ਹੋਣਾ ਵਾ ਬਾਕੀ ਬਸ ਇਹੀ ਮੈਂ ਕਿਹਾ ਮੈਂ ਮਾੜਾ ਗਲਤ ਕਰੀਏ ਬਸ ਬਾਕੀ ਤੁਸੀਂ ਦੇਖੋ ਜਿਹਨੇ ਨਹੀਂ ਦੇਖੀ ਲੋਕ ਕਹਿੰਦੇ ਕਿ ਘੈਂਟ ਆ ਨਾਲੇ ਇਹ ਵੀ ਹੈਗੀ ਆ ਫੈਮਿਲੀ ਵੈਬ ਸੀਰੀਜ਼ ਤੁਸੀਂ ਫੈਮਿਲੀ 'ਚ ਬਹਿ ਕੇ ਭੈਣ ਭਰਾ ਹਸਬੈਂਡ ਵਾਈਫ ਮੰਮੀ ਪਾਪਾ ਪਰਿਵਾਰ 'ਚ ਬਹਿ ਕੇ ਵੇਖ ਸਕਦੇ ਆ ਫੈਮਿਲੀ ਵੈਬ ਸੀਰੀਜ਼ 'ਚ ਕੁਛ ਵੀ ਹੈ ਨਹੀਂ ਗਲਤ ਜਿਹਾ ਦੇ ਸਕਦੇ ਤੁਸੀਂ ਵਧੀਆ ਵਾ ਬਾਈ ਹੋਈ ਵੱਡਾ ਸਾਹਿਬ ਸੁੱਤੇ ਨੇ ਇੱਜੇ ਚੱਡਾ ਸਾਹਿਬ ਵੀ ਸੁੱਤੇ ਨੇ ਅਤੇ ਸਵੇਰ ਦੇ ਵੱਜ ਗਏ ਆ ਸਵੇਰ ਦੇ ਵੱਜ ਗਏ ਆ 7 ਠੀਕ ਆ ਹੋਰ ਭਾਜੀ ਵੈਬ ਸੀਰੀਜ਼ ਮੁੱਕੀ ਸਾਡੀ ਹੁਣ ਕਿੰਨੇ ਐਪੀਸੋਡ 10 ਐਪੀਸੋਡ 9 ਵੇਖ ਲਏ ਆਪਾਂ 7 ਵਾ 8 ਵਾ 7 ਮੁੱਕੇ 7 ਦੇਖੇ ਤੇ 7 ਦੇਖ ਲਏ ਸੋਡਮ ਦੇ ਭਾਵਾ ਕੀ ਅੱਖਾਂ ਚੰਨਾ ਕੀਤਾ ਸੀ ਮੈਨੂੰ ਤੇ ਇੱਕ ਰਹਿ ਗਿਆ ਹੁਣ ਫਾਈਨਲ ਐਪੀਸੋਡ ਮੈਂ ਕਿਹਾ ਸਵੇਰੇ ਦੇਖਾਂਗੇ ਕਿਉਂਕਿ ਸਵੇਰੇ ਰੱਖੜੀ ਕਰਕੇ ਛੇਤੀ ਫੇਰ ਹੋਰ ਕਿੰਨੇ ਕੁ ਹੋਣੀ ਰੱਖੜੀ ਨਾ ਹੁੰਦੀ ਫੇਰ ਤਾਂ ਆਪਾਂ ਵੇਖ ਲੈਣਾ ਸੀਗਾ ਤੇ ਜੇ ਸਵੇਰ ਹੁੰਦੀ ਸਵੇਰ ਨਹੀਂ ਜੇ ਰੱਖੜੀ ਨਾ ਹੁੰਦੀ ਫਿਰ ਤਾਂ ਆਪਾਂ ਦੇਖ ਲੈਣਾ ਫਿਰ ਕਿਉਂਕਿ ਫਿਰ ਕਿਹੜਾ ਉੱਠਣਾ ਹੈ ਹੁਣ ਸਾਨੂੰ ਉੱਠਣਾ ਪੈਣਾ ਵਾ ਮਤਲਬ 2-3 ਵਜੇ ਤੱਕ ਆਹੋ ਦਸ 5-6 ਵਜੇ ਉੱਠਣਾ ਸੀ ਪਰ ਹੁਣ 2-3 ਵਜੇ ਤੱਕ ਤਾਂ ਉੱਠਣਾ ਪੈਣਾ ਥੋੜ੍ਹਾ 2-3 ਘੰਟਾ ਤਾਂ ਕੰਪਰੋਮਾਈਜ਼ ਤਾਂ ਕਰ ਹੀ ਸਕਦੇ ਆਪਾਂ ਤੁਹਾਨੂੰ ਪਹਿਲਾਂ ਉੱਠਣਾ ਪੈਣਾ ਸੌਂ ਕੇ ਉੱਠਦੇ ਹਾਂ ਫਿਰ ਠੀਕ ਆ ਚਲੋ ਤੁਸੀਂ ਸਕਦੇ ਸੁੱਤੇ ਫਿਰ ਕਹਿੰਦਾ ਸਾਗ ਆਪ ਚੜੇ ਆਹ ਦੇਖੀ ਲੇਟ ਹੋ ਜਾਣਾ ਮੁੜ ਕੇ ਮੀਟਿੰਗ ਸੁਪਨੇ ਚ ਮੈਨੂੰ ਯਾਦ ਆ ਜਾ ਤੂੰ ਪਦ ਮਾਰਿਆ ਤੇ ਮੈਨੂੰ ਮੁਸ਼ਕ ਹੋਣ ਲੱਗ ਜਾਂਦੀ ਇੰਨਾ ਗੰਦਾ ਤੇਰਾ ਪਦ ਖੜ ਜਾ ਮਿੰਟ ਵੇਲੇ ਓਦਾਂ ਮੈਂ 4-5 ਵਜੇ ਉੱਠਣਾ 2 ਵਜੇ ਠਾਲਦਾ ਮੈਨੂੰ ਸਵੇਰੇ ਇਸ ਵਕਤ ਹੀ ਬੁਲਾ ਲਿਆ ਉਹਨੂੰ ਕਰ ਰਾਜੂ ਨੂੰ ਵੀ ਬੁਲਾਵੇ ਹੁਣ ਉਹ ਕੀ ਕਰਨ ਲੱਗੀ ਆ ਚਲੋ ਬੰਨੋ ਰੱਖੜੀ ਆ ਜਾਓ ਇੱਧਰ ਆ ਜਾਓ ਨੰਬਰ ਵਾਰੀ 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 ਆਈ ਜਾਓ ਵਾਰੀ ਵਾਰੀ ਆਹੀ ਫੜਾ ਦਾ ਦੀਦੀ ਆਹੀ ਦੇ ਦੇ ਸਾਹੀ ਕਰਦਾ ਜਾਣਾ ਇਹਦੇ ਲਾਗੇ ਰਾਜ ਰਾਜੂ ਕਿੱਥੇ ਆ ਆਉਣ ਦੇ ਦੀਦੀ ਬਹਿ ਜਾ ਬਹਿ ਜਾ ਚਲ ਕੋਈ ਗੱਲ ਨਹੀਂ ਚਲੋ ਆਈ ਜਾਓ ਨੰਬਰ ਲੱਗੀ ਆਈ ਜਾਓ ਆਈ ਜਾਓ ਬੰਨ ਦੇ ਕੋਈ ਵੀ
राजू नू बहन दो ना ठाकर उधर उधर ਕਿੱਡੀ ਫੈਂਸੀ ਰੱਖੜੀ ਲੈ ਆਈ ਆ ਤੇ ਵੱਜਣੀ ਨੀ ਆ ਲੈ रखड़ी बना प्यार प्यार दिखा दे प्यार दिखा दे ਤੁਹਾਡੀ ਵਾਰੀ ਰਹਿ ਗਈ ਤੁਸੀਂ ਕਿੰਨੀ ਯਾਰ ਬੰਨ ਦੇਣੀ ਹੁਣ ਨਹੀਂ ਬੰਨੀ ਹੋ ਬੁਲਾ ਲਿਆ ਉਹਨਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਬੰਨੀ ਤੁਸੀਂ ਐਵੇਂ ਝੂਠ ਹੀ ਬੋਲੀ ਜਾਂਦੇ ਆਇਆ ਆਇਆ ਇੱਥੇ ਬਹਿ ਜਾ ਕਰ ਦੋ ਫੋਨ ਕਹਿ ਆ ਜਾਓ ਰੱਖੜੀਆਂ ਹੋ ਗਈਆਂ 1, 2, 3, 4, 5 ਇਹ ਜਿਹੜੀ ਇਹਨੇ ਬੰਨੀਆਂ ਤੇ ਇਹਨੇ ਕਿੱਥੋਂ ਬੰਨੀਆਂ ਇੱਕ ਨੂਰਾ ਦੀ ਬੱਦੀ ਹੈ ਤੇ ਇੱਕ ਇਹਨੇ ਉਹ ਘਰੋਂ ਬੱਦੀ ਸੀ ਉਹਨਾਂ ਨੇ ਫਿਰ ਬਸ ਫੈਂਸੀ ਰੱਖੜੀਆਂ ਹੋਰ ਲੈ ਆ ਪੂਰੀ ਗੰਡ ਦੇ ਉਹ ਹੋਣੀ ਡਈ ਵਿੱਚੋਂ ਨਹੀਂ ਨਿਕਲਦੀ ਹੱਥ ਵੀ ਤੇ ਵੇਖ ਇਸ ਤਰ੍ਹਾਂ ਲਾਉਣ ਡਈ ਜੇ ਤਾਂ ਕਿਤੇ ਦੋ ਦਿਨ ਦੇ ਚਲ ਚਲ ਬਾਬਾ ਟੁੱਟ ਜਾਣੀ ਨਹੀਂ ਦਾ ਇੱਦਾਂ ਫੜਾ ਵੇ ਫੁਣਾਂਦਾ ਪਿਆਰ ਜੇਲ ਚ ਪਾ ਮੁੱਕ ਗਿਆ ਫੰਕਸ਼ਨ ਰਹਿ ਗਿਆ ਰਹਿ ਤੇ ਨੀ ਗਿਆ ਕੋਈ ਨਹੀਂ ਆਉਣਾ ਨੀ ਕਿਸੇ ਨੇ ਉਹ ਹੁਣ ਤਿਆਰ ਹੋ ਕੇ ਆਉਣਗੇ ਬਾਅਦ ਚ ਬੰਨ ਲੈ ਬਣਾ ਲੈਣਗੇ ਉਹ ਬਸ ਕਰੋ ਯਾਰ ਐਵੇਂ ਕਾਲੀ ਪਾਜੀ ਦੱਸ ਭਾਵੇਂ ਤੇ ਤੁਹਾਨੂੰ 24 ਘੰਟੇ ਨੀ ਹੋਏ ਆਹ 24 ਘੰਟੇ ਨੀ ਹੋਏ ਹਜੇ ਤੁਹਾਨੂੰ ਐਵੇਂ ਸਾਗਰ ਨੂੰ ਪੱਗਾਂ ਇਹਦੀ ਪੱਗ ਬੰਨਣੀ ਰਸਮ ਲਓ ਵੀ ਭਾਜੀ ਪੱਗ ਬੰਨਿਆ ਕਰੋ ਮੈਂ ਜਿੱਦਾਂ ਮੈਂ ਬੰਨਦਾ ਵਾਂ ਮੇਰੇ ਵਰਗੀ ਪੱਗ ਨਹੀਂ ਤੂੰ ਬੰਨ ਸਕਦਾ ਪਰ ਹਜੇ ਤੁਹਾਨੂੰ ਟਾਈਮ ਲੱਗਣਾ ਪ੍ਰੈਕਟਿਸ ਕਿਥੋਂ ਦੇ ਦੂਗਾ ਗਗਨਾ ਕੀ ਹੁਣੇ 500 ਰਾਜੂ ਤੇਰੇ ਪੈਸੇ ਲੈ ਲੈ ਪਾਪਾ ਨੇ ਲੈ ਕੁੜੀ ਦੇ ਪੈਸੇ
ਉਹ ਪਾਪਾ ਨੇ ਉਹਦੇ ਚੋਂ 20,000 ਕੱਢ ਲਿਆ 20,000 ਉਹਦੇ ਚੋਂ ਵੀ ਕੱਢ ਲਿਆ ਪਾਪਾ ਨੇ 1000 ਤੇ ਫਿਰ ਤੂੰ ਵੀ ਦੇ ਦੇ ਆਪੇ ਫੜ ਭਰਾਵਾ ਹਲ ਚੱਲ ਆ ਫੜ ਤੂੰ ਕਹਿ ਕੇ ਦੇ ਵਾਹਿਗੁਰੂ ਤੂੰ ਵੀ ਕਿਤੇ ਸੈਂਟ ਆ ਕੇ ਲੈ ਲੈਗਾ ਵਾਹਿਗੁਰੂ ਕਹਿ ਕੇ ਇਹਨੂੰ ਦੋ ਕੋ ਇਹ ਕਿਹੜਾ ਕੰਜਕਾਵਾ ਹੈ ਇਹਨੂੰ ਵੀ ਦੋ ਕੁਛ ਤੈਨੂੰ ਪੱਗਾਂ ਲਿਆਤੀਆਂ ਬੜੀਆਂ ਮਹਿੰਗੀਆਂ ਬ੍ਰਾਂਡਡ ਪੱਗਾਂ ਲਿਆ ਕੇ ਦਿੱਤੀਆਂ ਤੈਨੂੰ ਦੋ ਵਾਰ ਕਿਹਾ ਪਾਪਾ ਨੇ ਇਦਾਂ ਜਾ ਹੋਰ ਫੜ ਲਾ ਪਿਆਰ ਲੈ ਲਾ 500 ਰੁਪਏ ਫੜ ਲਾ ਫੜ ਮੈਨੂੰ ਦੇ ਦੀ ਕੋਈ ਨੀ ਫੜ ਕੇ ਮੈਨੂੰ ਦੇ ਦੀ ਚੱਕ ਲਾ ਨਹੀਂ ਨਹੀਂ ਰੱਖ ਰੱਖ ਡਾਲਰ ਨਾਲ ਢੇਰ ਲੱਗਾ ਪਿਆ ਸਾਡੇ ਕੋਲ ਡਾਲਰ ਦੱਸ ਕਿੰਨੇ ਡਾਲਰ ਚਾਹੀਦੇ ਹੋਰ ਤੂੰ ਡਾਲਰ ਦੱਸ ਕਿੰਨੇ ਚਾਹੀਦੇ ਬਸ 2 ਡਾਲਰ ਲਏ ਆ $100 ਮੰਗ 100 10,000 ਤੋਂ 8 ਰੁਪਏ ਦੇਣਾ ਪੈਣਾ ਨਾ ਮੰਮੀ ਨੂੰ ਆ ਬੋਤੇ ਆ ਗਿਆ ਕੀ ਕਹੀਦਾ ਹੈਪੀ ਰੱਖੜੀ ਕਿੰਦਾ ਕੀ ਕਹੀਦਾ ਕੁਛ ਕਹੀਦਾ ਕਿਤੇ ਬਸ ਤੂੰ ਜ਼ਿਆਦਾ ਹੀ ਹੈਪੀ ਰੱਖੜੀ ਦਾ ਮਾਮਾ ਹੈਪੀ ਰੱਖਿਆ ਬੰਦਰ ਚੁੱਪ ਕਰਕੇ ਮੰਨ ਲਈ ਜੀ ਖਵਾ ਦੇ ਇਹਨੂੰ ਡਾ ਦੇ ਇਹਦੇ ਨਾਲ ਖਾ ਲੈਣਾ ਕਾਗਜ਼ ਸਮੇਤ ਹੀ ਕਾਗਜ਼ ਸਮੇਤ ਹੀ ਜ਼ਿਆਦਾ ਇਹਦੇ ਖਾ ਲੈਣਾ ਕਿੱਡਾ ਥੋੜਾ ਉਦਾਂ ਤੂੰ ਕੁੱਦਦਾ ਕਹਿੰਦਾ ਖਾਣਾ ਮੈਂ ਤੂੰ ਵੀ ਖਵਾ ਭਰਾ ਲਾਸਟ ਰਗੜੀ ਰਖੜੀ ਬਚੀ ਆ ਕਿੰਗ ਬ੍ਰੋ ਬੈਠ ਉਹ ਬੈਠਾ ਸਾਹਮਣੇ ਝਾਤੀਆਂ ਮਾਰਨ ਡਿਆ ਆਪਣੇ ਦੋਵਾਂ ਭਰਾ ਲੈ ਵੀ ਆ ਵੀ ਇਹ ਵੀ ਕਰਦੇ ਨਹੀਂ ਨਹੀਂ ਮੈਂ ਤਾਂ ਨਹੀਂ ਆ ਸਿਰ ਢੱਕ ਲਿਆ ਨਾ ਚੁੱਪ ਕਰਕੇ ਰਖੜੀ ਬਣਾਓ ਕਾਲੀ ਤੇ ਤੁਸੀਂ ਇੰਨੀ ਪਾਈ ਹੁਣੇ ਆ ਜਾ 5 ਮਿੰਟ ਚ ਉਹ ਬਸ ਕਰੋ ਹੁਣ ਬਸ ਕਰੋ ਕਾਲੀ ਹੁੰਦੀ ਮੇਰੇ ਲਈ ਕਾਲੀ ਸੀਗੀ ਆ ਜਾ ਉਹਦੇ ਬੰਦੇ ਇੱਕ ਸ਼ੇਰੂ ਦੇ ਆ ਬੰਦੇ ਉਹਦੇ ਵੀ ਆ ਬੰਦੇ ਉਹਦੇ ਬੰਦੇ ਬਾਲੀ ਲੱਤ ਦੇ ਬੰਦੇ 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 ਕਿੰਗ ਬਰੋ ਰਾਜੂ ਦਾ ਐਵੇਂ ਸਾਰੇ ਲੋਕੀ ਲੈ ਚੱਕ ਮਿੰਟ ਲਾਇਆ ਉਹਨੇ ਮਿੰਟ 5 ਲਾਏ ਉਹਨੇ ਮਿੰਟ 5 ਲਾਏ ਸਮਝਦਾ ਉਹ ਵੀ ਸਮਝਦਾ ਵਾ ਮੁੰਡਾ ਵੇਚ ਕੇ ਆਪਣਾ ਚੜ ਜਾ ਉਹ ਜਾਣੀ ਚੜ ਜਾ ਰਾਏ ਚੜ ਚੜ ਪਾਜਾ ਲੁਧਿਆਣਾ ਜਲੰਧਰ ਲੋ ਵੀ ਮਸਾ ਕਿਤੇ ਇੱਕ ਬੱਸ ਮਿਲੀ ਪਰ ਭੜੀ ਭੜੀ ਭਰੀ ਮੇਰੀ ਭਰੀ ਚੱਲੀ ਬੜਾ ਰਸ਼ ਲੋਕ ਜਾਣਗੇ ਬੱਸਾਂ ਵਾਲਾ ਸਫ਼ਰ ਸਾਡੇ ਗੁਵਾਰਾ ਨਹੀਂ ਖਾਣਾ ਵੈਸੇ ਮੈਂ ਤੁਹਾਨੂੰ ਦੱਸਾਂ ਆਪਾਂ ਤਾਂ ਉਦਾਂ ਖੇਡ ਜਾਣਾ ਚੱਲੀਏ ਬੱਸਾਂ 'ਚ ਬਲੋਗਿੰਗ ਕਰਿਆ ਕਰੀਏ 2 ਮਿੰਟ 'ਚ ਉਦਾਂ ਖੇਡ ਜਾਣਾ ਆਪਾਂ ਚਲੋ ਚੱਲੀਏ ਵਾਪਸ ਉਹਨਾਂ ਨੂੰ ਚੜਾਤਾ ਸੀ ਆਪਾਂ ਤਾਂ ਹੁਣ ਅੱਜ ਰੱਖੜੀ ਆ ਅਤੇ ਪਹਿਲਾਂ ਚੱਲੇ ਆਪਾਂ ਤਲਣ ਰੋਜ਼ ਜਾਈਦਾ ਹੈ ਨਾ ਤਲਣ ਮੱਥਾ ਟੇਕ ਕੇ ਅਤੇ ਤਲਣ ਤੋਂ ਬਾਅਦ ਫਿਰ ਆਪਾਂ ਜਾਣਾ ਅਨੰਦਪੁਰ ਸਾਹਿਬ ਮੰਮਾ ਹੁਣਾਂ ਨੇ ਪੱਠੇ ਵੀ ਲੈਣੇ ਸੱਚਾ ਉਹ ਤੇ ਮੱਥਾ ਟੇਕ ਕੇ ਪੱਠੇ ਲੈ ਕੇ ਤੇ ਫਿਰ ਆਪਾਂ ਜਾਣਾ ਅਨੰਦਪੁਰ ਸਾਹਿਬ ਘਰ ਜਾਣਾ ਫਿਰ ਉਹ ਤੂੰ ਚੁੱਪ ਕਰ ਸੀਰੀਅਸ ਗੱਲ ਕਰਨ ਨੇ ਮੈਂ ਫਿਰ ਮੰਮਾ ਹੁਣ ਲੈ ਕੇ ਜਾਣਾ ਅਨੰਦਪੁਰ ਸਾਹਿਬ ਉੱਥੇ ਰੱਖੜੀ ਬੰਨਣੀ ਤੇ ਫਿਰ ਉਸ ਤੋਂ ਬਾਅਦ ਆਪਾਂ ਕੱਲ ਹੀ ਵਾਪਸ ਆ ਜਾਣਾ ਇਹੀ ਮੈਂ ਕਿਹਾ ਦੱਸਦੀ ਹੈ ਵਲੋਗ ਕੱਲ ਜਾਣਾ ਕਿ ਅੱਜ ਜਾਣਾ ਹੁਣੇ ਦੇਖੋ ਬਾਈ ਕਿੱਡੀ ਸਾਡੀ ਬਿਜ਼ੀ ਲਾਈਫ ਯਾਰ ਸਵੇਰੇ ਉੱਠੇ ਬਿਜ਼ੀ ਨਹੀਂ ਭਾਈ ਨੂੰ ਜਲੰਧਰ 'ਚ ਸੌਣਾ ਅਸੀਂ ਅਨੰਦਪੁਰ ਸਾਹਿਬ ਉੱਠਣਾ ਅਸੀਂ ਫਿਰ ਜਲੰਧਰ 'ਚ ਤੇ ਫਿਰ ਅਸੀਂ ਫਿਰ ਚੰਡੀਗੜ੍ਹ 'ਚ ਚਲੋ ਠੀਕ ਹੈ ਪਤਾਜੀ ਪੱਠੇ ਕਿਹਨੇ ਉੱਟਣੇ ਅੰਦਰ ਲੈ ਸਕਦੇ ਨੇ ਤੇ ਇਹਦਾ ਕਰ ਲਓ ਸਾਫ ਤਿਆਰੀ ਕਰ ਲਓ ਮੈਂ ਤਾਂ ਕਰ ਨਹੀਂ ਰਿਹਾ ਤੇ ਤੁਸੀਂ ਨਾ ਕਰਿਓ ਤੁਸੀਂ ਬਾਪ ਪੁੱਠੇ ਪਾਸੇ ਤੁਰ ਖੜੇ ਤੁਸੀਂ ਪੈਕਿੰਗ ਕਰ ਲਓ ਆਪਾਂ ਵੀ ਆਏ ਸਵੇਰ ਨੂੰ ਆਉਂਦੇ ਆ ਚੱਕ ਕੇ ਆ ਜੀ ਟਾਈਮ ਤਾਂ ਮੈਨੂੰ ਨਾ ਕਹੇ ਕੀ ਕਰ ਲੂਗੇ ਪਰਸੋਂ ਆ ਜਾਾਂਗੇ ਆ ਜਾਾਂਗੇ ਆ ਬੋਰਾ ਚੱਕ ਪਹਿਲਾਂ ਫੜਾ ਮੈਨੂੰ ਫਾਫਾ ਬੋਰਾ ਛੱਡ ਗਿਆ ਫੜਾ ਛੱਡਿਆ ਬੋਰਾ ਉਧਰ ਆਮ ਰੱਖਦਾ ਸਾਡੇ ਆਪਾਂ ਹੁਣ ਅਨੰਦਪੁਰ ਸਾਹਿਬ ਨੂੰ ਪਹੁੰਚ ਗਏ ਆ ਕਿਹੜਾ ਟੋਲ ਹੋਏ ਟੋਲ ਪਲਾਜ਼ਾ ਕਿਹੜਾ ਟੋਲ ਪਲਾਜ਼ਾ ਵਾ ਜਿੱਥੇ ਸਿਰ ਪਾੜਿਆ ਸੀ ਸਿੰਘੇ ਨੇ ਉਹ ਵਾਲਾ ਹਾਂ ਨਹੀਂ ਹੁਣ ਇਹ ਹੈਗਾ ਬੇਨਾਮ ਦਾ ਤਾਂ ਟੋਲ ਪਲਾਜ਼ਾ ਪਹੁੰਚ ਗਏ ਆਪਾਂ ਤੇ ਬਸ ਟਾਈਮ ਹੋਇਆ 7:30 8:30-9 ਵਜੇ ਤੱਕ ਆਪਾਂ ਪਹੁੰਚ ਜਾਣਾ ਅਨੰਦਪੁਰ ਸਾਹਿਬ ਮਿਲਦੇ ਤੁਹਾਨੂੰ ਹੁਣ ਅਨੰਦਪੁਰ ਸਾਹਿਬ ਜਾ ਕੇ ਠੀਕ ਹੈ ਸੀ ਯੂ ਸੂਨ ਅੱਗੇ ਘਰ ਪੂਰਾ ਅੱਗੇ ਜਾਂਦੇ ਆ ਉਹਨੂੰ ਕੱਟ ਲੈਣਾ ਆਪੇ ਵੇਖੀ ਉੱਥੇ ਆ ਜਾਣਾ
ਕਿੱਥੇ ਆਇਆ ਨਹੀਂ ਮੈਂ ਤਾਂ ਕਿੱਥੇ ਆਇਆ ਆਇਆ ਕਹਿੰਦੇ ਮੈਂ ਰਾਮ ਟੋਲ ਵਾਲਾ ਤੁਹਾਡਾ ਕੱਟਿਆ ਚਲੋ ਪਹੁੰਚ ਚੱਲੇ ਆਪਾਂ ਬਸ ਅੱਧੇ ਘੰਟੇ ਤੱਕ ਪਹੁੰਚ ਜਾਣਾ ਘੰਟੇ ਤੱਕ ਪਹੁੰਚ ਹੁਣ ਜਗਾਦਾ ਉਹਨੂੰ ਉਹ ਟੱਕ ਜਗਾਦਾ ਪਰੇ ਹੋਈ ਪਰੇ ਹੋਈ ਉਹਨੇ ਜਗਾਦਾ ਉਹਨੂੰ ਪਰੀ ਕਰਦਾ ਪਰੀ ਕਰਦਾ ਕੀ ਹੋਣਾ ਵਾ ਦੱਸ ਇੱਧਰ ਕੀ ਹੋਣਾ ਵਾ ਉੱਠ ਜਾਣਾ ਹੈਂ ਜਗਾਦਾ ਉਹਨੂੰ ਫਿਰ ਸਵਾਦੇ 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 ਛੋਟੀ ਭੈਣ ਸਵਾਦੇ 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 ਤੂੰ ਵੀ ਬੰਦ ਰੱਖੜੀ ਬੱਸਾਂ ਜੀ ਬਣਾ ਬੱਸਾਂ ਬੱਸਾਂ ਜਿਹੜਾ ਤੁਸੀਂ ਕਹਿਣ ਡੇ ਉਹ ਵਾਲਾ ਵਧੀਆ ਬਣ ਗਿਆ ਨਹੀਂ ਫਿਰ ਮੈਂ ਟੈਟੂ ਮਿਟਾ ਦਾ ਨਾਨੀ ਨਹੀਂ ਵਧੀਆ ਨਹੀਂ ਲੱਗਾ ਮੰਮੀ ਇਹਨੂੰ ਪੁੱਛੋ ਆ ਹੈ ਕੀ ਆ ਮਾਮੀ ਹੈ ਵਧੀਆ ਨੀ ਭਲਾ ਚਾਹ ਨਾ ਡੋਲ ਦਿਓ ਕੌਫੀ ਸੱਚ ਕੌਫੀ ਇਹ ਯਾਰ ਆਪਾਂ ਜਦੋਂ ਘਰ ਮੇਰੀ ਗੱਲ ਮੇਰੀ ਜਦੋਂ ਆਪਾਂ ਘਰ ਬਣਾਈਦਾ ਉਹ ਟੰਗੀ ਨਾ ਨੀ ਭੂਤ ਯਾਰ ਤੋਰ ਕਿ ਨਜ਼ਰ ਮੈਨੂੰ ਅੱਗੇ ਨਜ਼ਰਾਂ ਖਾ ਗਈਆਂ ਮੈਂ ਤਾਂ ਲਾਇਆ ਨਜ਼ਰ ਨਾ ਲੱਗੇ ਹੁਣ ਚਲੋ ਚੱਲੇ ਆਪਾਂ ਅੱਡੀ ਰਿਕਾਰਡਿੰਗ ਕਹਿੰਦੇ ਉਹ ਜਿਹਾ ਥੱਲੇ ਬਣਾ ਲਿਆ ਤੇ ਉਹ ਜਿਹਾ ਤੇਰਾ ਉੱਤੇ ਮੂੰਹ ਸੇਮ ਸ਼ਕਲ ਬਣਦੀ ਹਾਂਜੀ ਤੇ ਬਾਬੇ ਉਹ ਨਾਨੀ ਘਰੋਂ ਤੁਰ ਪਏ ਆ ਹੁਣ ਆਪਾਂ ਚੱਲੇ ਮਾੜਾ ਖਰੜ ਫਿਰ ਮੋਹਾਲੀ ਫਿਰ ਚੰਡੀਗੜ੍ਹ ਤਿੰਨ ਰੂਟ ਆ ਸਾਡੇ ਜਿੱਦਾਂ ਕਿੱਦਾਂ ਕੀ ਪ੍ਰੇਮ ਭਾਈ ਦਾ ਸਮਾਨ ਕਿੱਦਾਂ ਲਿਆ ਜਿੱਦਾਂ ਪ੍ਰੇਮ ਢਿੱਲੋਂ ਭਾਈ ਦਾ ਗਾਣਾ ਨੀ ਅੱਜ ਨਵਾਂ ਆਇਆ ਜਿਹਦੇ ਚੋਂ ਕਹਿੰਦੇ ਆ ਕਿ ਡਿਨਰ ਕਿਸੇ ਨਾਲ ਕੌਫੀ ਕਿਸੇ ਨਾਲ ਤੇ ਯਾਰਾਂ ਦਾ ਚੇਤਾ ਲੱਗਾ ਹੋਇਆ ਹੈ ਬਸ ਉੱਦਾਂ ਹੀ ਆ ਹੁਣ ਰੋਟੀ ਕਿਤੇ ਖਾਧੀ ਆਪਾਂ ਡਿਨਰ ਕਿਤੇ ਕਰਨਾ ਆਪਾਂ ਅਤੇ ਕੌਫੀ ਸਵੇਰੇ ਪੀਤੇ ਵੀ ਨਹੀਂ ਆਪਾਂ ਬਿਜ਼ੀ ਸਕੈਜੂਅਲ ਹੀ ਬੜਾ ਬਿਜ਼ੀ ਕਰੀਏ ਕੀ ਯਾਰ ਹੁਣ ਚੱਲੇ ਆਪਾਂ ਮੈਂ ਸੌਂ ਜਾਣਾ ਵਾ ਆਪਾਂ ਅਨੰਦਪੁਰ ਤੁਹਾਨੂੰ ਘੰਟਾ ਲੱਗ ਜਾਣਾ ਚੰਡੀਗੜ੍ਹ ਤੱਕ ਡੇਢ ਹੀ ਲੱਗ ਜਾਣਾ ਉਦੋਂ ਤੱਕ ਮੈਂ ਸੌਂ ਜਾਂਦਾ ਨੈਪ ਲੈ ਲੈਂਦਾ ਵਾ ਫਿਰ ਮਿਲਦੇ ਹੁਣ ਤੁਹਾਨੂੰ ਚੰਡੀਗੜ੍ਹ ਜਾ ਕੇ ਵਾਪਸ ਆਪਾਂ ਜਲੰਧਰ ਜਾਣਾ ਅਰਲੀ ਮੋਰਨਿੰਗ ਰਾਤੋਂ ਰਾਤ ਅਸੀਂ ਵਾਪਸ ਵੀ ਆ ਜਾਣਾ ਦੋ ਢਾਈ ਵਜੇ ਆਪਾਂ ਫਿਰ ਇੱਥੇ ਨਾਨੀ ਘਰ ਵਾਪਸ ਆ ਜਾਣਾ ਫਿਰ ਸਵੇਰੇ ਇੱਥੋਂ ਜਲੰਧਰ ਜਾਣਾ ਕੱਲ੍ਹ ਜਲੰਧਰ ਥੋੜ੍ਹਾ ਕੰਮ ਆ ਜ਼ਰੂਰੀ ਅਤੇ ਫਿਰ ਨਵਾਂ ਗਾਣਾ ਸੂਨ ਸਰਪ੍ਰਾਈਜ਼ ਤੁਹਾਨੂੰ ਲਿਰਿਕ ਸੁਣਾਵਾਂ ਤੁਹਾਨੂੰ ਇੱਕ ਗਾਣੇ ਇੱਕ ਇੱਕ ਵਲੋਗ 'ਚ ਮੈਂ ਦੱਸਿਆ ਸੀ ਨਾ ਚੰਡੀਗੜ੍ਹ ਜਿੱਦਣ ਗਏ ਹਾਂ ਆਪਾਂ ਟੈਟੂ ਤੋਂ ਪਹਿਲਾਂ ਜਿਹੜਾ ਚੰਡੀਗੜ੍ਹ ਗਏ ਵਲੋਗ 'ਚ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਬੀਟ ਹੋਣੀ ਹੈ ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਆਪਣਾ ਮੁਖੜਾ ਦੇਖ ਕੇ ਮਰ ਗਿਆ ਨਹੀਂ ਉਸ ਬੀਟ ਦੇ ਉੱਤੇ ਆਪਣਾ ਗਾਣਾ ਆਉਣ ਲੱਗਾ ਸੂਨ ਸੁਣਿਓ ਵਧੀਆ ਲੱਗਣਾ ਤੁਹਾਨੂੰ ਬਹੁਤਾ ਹੀ ਘੈਂਟ ਗਾਣਾ ਚੰਗਾ ਹੈ ਗਾਣਾ ਮਿਲਦੇ ਹਾਂ ਤੁਹਾਨੂੰ ਚੰਡੀਗੜ੍ਹ ਜਾ ਕੇ ਲਓ ਵੀ ਤਾਂ ਹੁਣ ਚੱਲੇ ਹਾਂ ਚੰਡੀਗੜ੍ਹ ਤੋਂ ਵਾਪਸ ਆਪਣੇ ਜਿੰਨੇ ਕੰਮ ਸੀਗੇ ਆਲ ਵਰਕ ਆਰ ਡਨ ਹੁਣ ਚੱਲੇ ਅਸੀਂ ਵਾਪਸ ਅਤੇ ਅਨੰਦਪੁਰ ਸਾਹਿਬ ਨੂੰ ਤਾਂ ਟਾਈਮ ਹੋ ਗਿਆ ਵਾ ਡੇਢ ਵੱਜ ਗਏ ਪੂਰੇ ਤਾਂ ਆਪਾਂ ਪਹੁੰਚ ਜਾਣਾ ਢਾਈ ਕੁ ਵਜੇ ਤਿੰਨ ਵਜੇ ਤੋਂ ਜਾ ਕੇ ਸੌਂ ਜਾਂਦੇ ਹਾਂ ਫਿਰ ਉੱਠੇ ਜਾਂਦੇ ਸਵੇਰੇ 8-9 ਵਜੇ ਤੱਕ ਕਿਉਂਕਿ ਮੈਂ 12 ਵਜੇ ਤੋਂ ਪਹਿਲਾਂ ਜਲੰਧਰ ਪਹੁੰਚਣਾ ਵਾ ਕੱਲ੍ਹ ਕਿ ਮੇਰੀ ਬਹੁਤ ਜ਼ਰੂਰੀ ਜ਼ਿਆਦਾ ਹੀ ਜ਼ਰੂਰੀ ਮੀਟਿੰਗ ਹੈ ਮੇਰੀ 12 ਵਜੇ ਕੱਲ੍ਹ ਜਲੰਧਰ ਸੋ ਪਹੁੰਚਣਾ ਹੀ ਪੈਣਾ ਆਪਾਂ ਜਦੋਂ ਤੈਅ ਕਰ ਆਪਾਂ ਜਦੋਂ ਆਈਦਾ ਨਾਨਕੇ ਤਾਂ ਫਿਰ 2-4-3 ਦਿਨ ਲਾ ਕੇ ਜਾਈਦਾ ਪਰ ਜ਼ਰੂਰੀ ਮੀਟਿੰਗ ਆ ਉੱਤੋਂ ਪਾਪਾ ਨੂੰ ਗੱਡੀ ਚਾਹੀਦੀ ਕਿਉਂਕਿ ਪਾਪਾ ਨੇ ਪਰਸੋਂ ਨੂੰ ਜਾਣਾ ਵਾ ਹੇਮਕੁੰਡ ਸਾਹਿਬ ਗੱਡੀ ਲੈ ਕੇ ਜਾਣੀ ਉਹਨਾਂ ਨੇ ਸੋ ਪਾਪਾ ਨੇ ਜਾਣਾ 13 ਤਰੀਕ ਨੂੰ ਸਵੇਰੇ ਅਰਲੀ ਮੋਰਨਿੰਗ ਅੱਜ ਹੈਗੀ ਆ 12 ਤਰੀਕ ਸੋ ਕੱਲ੍ਹ ਨੂੰ ਆਪਾਂ ਗੱਡੀ ਦੇਣੀ ਵੀ ਆ ਪਾਪਾ ਨੂੰ ਪਾਪਾ ਨੇ ਜਾਣਾ ਵੀ ਆ ਸੋ ਹੁਣ ਆਪਾਂ ਜਾਣੇ ਵਾਪਸ ਅਤੇ ਭੁੱਖ ਬੜੀ ਲੱਗ ਗਈ ਆ ਕੁਛ ਕਰਾਰਾ ਜਿਹਾ ਖਾਣ ਨੂੰ ਦਿਲ ਕਰਨ ਡਿਆ ਚਿਕਨ ਤਾਂ ਰਾਸ 'ਚ ਬੜੇ ਰਸਤੇ 'ਚ ਬੜੇ ਯਾਰ ਮਿਲਣ ਡਿਆ ਪਰ ਚਿਕਨ ਮੈਂ ਛੱਡਿਆ ਹੋਇਆ ਵਾ ਮੰਡੇ ਤੱਕ ਹੁਣ ਮੰਡੇ ਤੱਕ ਚਿਕਨ ਖਾਣਾ ਨਹੀਂ ਆ ਬਾਕੀ ਜਾਣ ਡੇ ਹੁਣ ਆਪਾਂ ਮਿਲਦੇ ਤੁਹਾਨੂੰ ਨਹੀਂ ਹੁਣ ਸੌਂ ਹੀ ਜਾਣਾ ਘਰੇ ਜਾ ਕੇ ਆਪਾਂ ਜੇ ਕਿਸੇ ਢਾਬੇ 'ਤੇ ਰੋਕੇ ਫਿਰ ਵਲੋਗ ਬਣਾਵਾਂਗੇ ਤਾਂ ਘਰੇ ਜਾ ਕੇ ਤਾਂ ਸੌਂ ਜਾਣਾ ਸਵੇਰੇ ਸ਼ੂਟ ਕਰਾਂਗੇ ਕਿਉਂਕਿ ਰੱਖੜੀ ਬੰਨਣ ਬਣਾਉਣ ਹੀ ਆਏ ਹਾਂ ਆਪਾਂ ਇੱਥੇ ਵੀ ਅਤੇ ਰੱਖੜੀ ਬਣਾ ਕੇ ਮੰਮਾ ਨੇ ਬੰਨ ਕੇ ਨਾਲੇ ਵਾਪਸ ਜਲੰਧਰ ਫਿਰ ਵਲੋਗ ਦੀ ਐਂਡਿੰਗ ਘਰ ਜਾ ਕੇ ਕਰਾਂਗੇ ਔਨ ਦਾ ਵੇ ਟੁਨਾ ਵੀ ਹੋ ਚਲੋ ਚੱਲੀਏ ਜਾਂਦੇ ਜਾਂਦੇ ਇੱਥੋਂ ਕੋਈ ਨਹੀਂ ਕੋਈ ਢਾਬਾ ਡੁੱਬਾ ਦੇਖੋ ਸੱਚ ਆ ਤੁਹਾਨੂੰ ਦੱਸਿਆ ਨਹੀਂ ਚੰਡੀਗੜ੍ਹ ਦਾ ਕੰਮ ਆਪਾਂ ਆਏ ਰਿਕਾਰਡਿੰਗ ਵਾਸਤੇ ਹੀ ਅਤੇ ਰਿਕਾਰਡਿੰਗ ਆਪਣੀ ਡਨ ਹੋ ਗਈ ਆ ਮਤਲਬ
ਰਿਕਾਰਡਿੰਗ ਡਨ, ਮਤਲਬ ਗਾਣਾ ਨਹੀਂ ਪੂਰਾ ਡਨ ਹੋਇਆ ਹਜੇ, ਸਿਰਫ ਆਪਾਂ ਇੱਕ ਡੰਮੀ ਤਿਆਰ ਕਰਕੇ ਆਏ ਹਾਂ। ਸੋ ਤੁਹਾਨੂੰ ਬਹੁਤ ਵਧੀਆ ਲੱਗੂਗਾ ਗਾਣਾ ਥੋੜ੍ਹਾ। ਅਤੇ ਨਾਂ ਗਾਣੇ ਦਾ ਹੋਊਗਾ ਜੇਮਸਨ ਜਾਂ ਰੈੱਡ ਰੈੱਡ ਕੱਪ। ਇਹ ਤਾਂ ਤੁਸੀਂ ਥੋੜ੍ਹਾ ਜਿਹਾ ਅੰਦਾਜ਼ਾ ਲਾ ਲਿਆ ਹੋਊਗਾ ਗਾਣਾ ਕਿਸ ਹਿਸਾਬ ਦਾ ਅਤੇ ਕਿੱਦਾਂ ਦਾ ਹੋਊਗਾ। ਬਹੁਤ ਵਧੀਆ ਲੱਗੂਗਾ ਤੁਹਾਨੂੰ ਗਾਣਾ, ਕੁਛ ਡਿਫਰੈਂਟ ਜਿਹਾ ਹੋਊਗਾ, ਮਿਊਜ਼ਿਕ ਬਹੁਤ ਵਧੀਆ ਲੱਗੂਗਾ ਤੁਹਾਨੂੰ। ਅਤੇ ਗਾਣੇ ਦੀ ਡੰਮੀ ਜਿਹਾ ਹਜੇ ਕਰਕੇ ਆਏ ਹਾਂ ਆਪਾਂ, ਗਾਣਾ ਨਹੀਂ ਹਜੇ ਰੈੱਡ, ਪੂਰਾ ਵੋਕਲ ਨਹੀਂ ਦਿੱਤੇ ਸਾਰੇ, ਗਾਣਾ ਜਸਪੀ ਨੇ ਲਿਖਣਾ, ਆਪਾਂ ਬਸ ਚੈੱਕ ਕਰਨਾ ਕਿ ਹਾਂ ਵੀ ਓਕੇ ਆ। ਸੋ ਜੇ ਓਕੇ ਹੋ ਗਿਆ ਕੰਮ ਤਾਂ ਫਿਰ ਨਾਲ ਹੀ ਬਹੁਤ ਜਲਦੀ ਤੁਹਾਨੂੰ ਗਾਣਾ ਸੁਣਨ ਨੂੰ ਮਿਲੂਗਾ, ਐਸੇ ਮਹੀਨੇ 'ਚ ਹੀ ਪਾ ਦਾਂਗੇ। ਅਤੇ ਕਿਉਂਕਿ ਹੁਣ ਪਾਪਾ ਨੇ ਜਾਣਾ ਹੇਮਕੁੰਟ ਸਾਹਿਬ, ਪਾਪਾ ਆਉਣਗੇ ਤਾਂ ਫਿਰ ਹੀ ਮੈਂ ਆ ਸਕਦਾ ਹਾਂ ਚੰਡੀਗੜ੍ਹ, ਨਹੀਂ ਤਾਂ ਘਰਦਿਆਂ ਨੇ ਚੰਡੀਗੜ੍ਹ ਆਉਣ ਨਹੀਂ ਦੇਣਾ ਮੈਨੂੰ। ਹੁਣ ਪਾਪਾ ਨੇ ਆਉਣਾ ਮੇਰੇ ਖਿਆਲ ਨਾਲ 17-18 ਤਰੀਕ ਨੂੰ, ਉਸ ਤੋਂ ਬਾਅਦ ਮੰਨ ਲਓ 20-21 ਤਰੀਕ ਨੂੰ ਮੈਂ ਆਊਂਗਾ ਚੰਡੀਗੜ੍ਹ, ਅਤੇ ਫਿਰ ਵੋਕਲ ਦੇਵਾਂਗੇ ਆਪਾਂ ਤਾਂ ਫਿਰ ਗਾਣਾ ਕਰਾਂਗੇ। ਉਦੋਂ ਤੱਕ ਸਟੇ ਟੂਨ। ਲਓ ਵੀ ਮਿਲ ਗਿਆ ਢਾਬਾ ਆਪਾਂ ਨੂੰ ਰਾਹ 'ਚ, ਇਹ ਹੈਗਾ ਰੋਇਲ ਢਾਬਾ, ਇਹ ਮੇਰੇ ਪਾਪਾ ਦੇ ਫਰੈਂਡ ਦਾ ਢਾਬਾ ਵਾ, ਪਰ ਫਰੈਂਡ ਹੈ ਨਹੀਂ ਇੱਥੇ, ਢਾਬਾ ਪੁਲਿਸ ਮੈਂ ਖਾ ਲੈਣੀ ਸੀ, ਉਹਨਾਂ ਦੇ ਪੈਸੇ ਦੇਣੇ ਪੈਣੇ ਆ। ਸੋ ਜਿਹੜੇ ਵੀ ਅਨੰਦਪੁਰ ਜਾਂਦੇ ਆ ਰਾਹ 'ਚ ਆਉਂਦਾ ਵਾ ਰੋਇਲ ਢਾਬਾ। ਕਿਹੜਾ ਰੋਡ ਕਿਹੜਾ ਆ ਵਾਲਾ ਚੰਡੀਗੜ੍ਹ ਮੋਹਾਲੀ, ਕਿਹੜਾ ਅਨੰਦਪੁਰ ਤੋਂ ਚੰਡੀਗੜ੍ਹ ਰੋਪੜ, ਰੋਪੜ ਤੋਂ ਅਨੰਦਪੁਰ, ਅਨੰਦਪੁਰ ਤੋਂ ਰੋਪੜ, ਰੋਡ ਦੇ ਉੱਤੇ ਆਉਂਦਾ ਰੋਇਲ ਢਾਬਾ, ਬਹੁਤ ਵੱਡਾ ਢਾਬਾ ਵਾ। ਸਿਟਿੰਗ ਸਾਰੀ ਇੱਧਰ ਅਤੇ ਅੰਕਲ ਆਪ ਇੱਥੇ ਹੈ ਨਹੀਂ ਗੇ, ਅਤੇ ਨਹੀਂ ਤਾਂ ਆਪਾਂ ਫ੍ਰੀ ਖਾ ਜਾਣੀ ਹੈਗੇ। ਅਤੇ ਮੁੰਡੇ ਮੈਗੀ ਦੇ ਸ਼ੌਕੀਨ, ਕਹਿੰਦੇ ਗੱਭਰੂ ਮੈਗੀ ਦੇ ਸ਼ੌਕੀਨ। ਲਓ ਵੀ ਸਪੈਸ਼ਲ ਮੈਗੀ ਮੰਗਾਈ ਆ ਭਾਅ ਜੀ, ਸਪਾਈਸੀ, ਪਹਿਲਾਂ ਵਾਲੀ ਘੱਟ ਸਪਾਈਸੀ, ਸਪਾਈਸੀ ਮੰਗਾਈ ਮੁੰਡੇ, ਸਪਾਈ ਦੋ ਵਾਰ ਬੋਲਣਾ ਪੈਂਦਾ ਹਰ ਕੁਛ ਨਾਲ, ਲੈਚੀ ਫਿਰ ਪੀਓ, ਚੌਦਾਂ ਪੀ ਕੇ ਮਰਨਾ ਜੂਠਾ ਖਾ ਕੇ। ਬਸ ਬਸ ਏਡੀ ਨਾ ਘੁੱਟੋ, ਚਲੋ ਮੋਟਰਸਾਈਕਲ ਤੇ ਮੁੰਡੇ ਤੋਂ ਟੈਕੋ ਨਹੀਂ ਕਰਦੇ ਨਾਨੇ ਦੇ ਬੰਦ, ਚੱਲ ਭਾਜੀ ਦੇ ਬੰਦ, ਸਭ ਤੋਂ ਵੱਡੇ ਭਾਜੀ ਦੇ ਬੰਦ, ਨਾਨੇ ਭਾਜੀ ਦੇ ਬੰਦ। ਨਾਨਾ ਭਾਜੀ ਬੰਦ ਬੰਦ ਇਹਦੇ ਬੰਦ, ਚਲੋ 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 ਲੇਟ ਹੋ ਜਾਣਾ ਆਪਾਂ। ਲੋਕ ਵੀ ਬਾਬੇ ਪਹੁੰਚ ਗਏ ਘਰੇ, ਸੋ ਵਲੋਗ ਦੀ ਕਰਦੇ ਹੁਣ ਆਪਾਂ ਇੱਥੇ ਐਂਡਿੰਗ, ਅਤੇ ਵੱਜ ਗਿਆ 1 ਵੱਜ ਗਿਆ ਵਾ, ਤਾਂ ਆਪਾਂ ਤੁਰ ਪਏ ਇੱਥੋਂ 11-12 ਕੁ ਵਜੇ ਤੁਰ ਪਏ ਹੈਗੇ। ਸੋ ਪਹੁੰਚ ਗਏ ਹੁਣ, ਅਤੇ ਵਲੋਗ ਦੀ ਇੱਥੇ ਐਂਡਿੰਗ ਕਰ ਦਿੰਦੇ ਹਾਂ ਕਿਉਂਕਿ ਵਲੋਗ ਜ਼ਿਆਦਾ ਵੱਡਾ ਹੋ ਜਾਣਾ। ਹੁਣ ਨਹਾ ਧੋ ਕੇ ਆਪਾਂ ਚੱਲੇ ਤੱਲਾਂ ਸਾ ਮੱਥਾ ਟੇਕਣ, ਅਤੇ ਫਿਰ ਨਵਾਂ ਵਲੋਗ ਸ਼ੁਰੂ ਕਰਦੇ ਹਾਂ। ਕੱਲ੍ਹ ਨੂੰ ਪਾਪਾ ਨੇ ਵੀ ਹੇਮਕੁੰਟ ਸਾਹਿਬ ਲਈ ਚੱਲ ਜਾਣਾ ਵਾ, ਅਤੇ ਫਿਰ ਉਹ ਵਲੋਗ ਨਵਾਂ ਸ਼ੁਰੂ ਕਰਦੇ ਹਾਂ। ਆਹ ਵਲੋਗ ਦੀ ਕਰਦੇ ਇੱਥੇ ਐਂਡਿੰਗ, ਤੁਹਾਨੂੰ ਵਧੀਆ ਲੱਗਾ ਹੋਊਗਾ ਰੱਖੜੀ ਵਾਲਾ ਵਲੋਗ, ਅਤੇ ਚੈਨਲ ਕੋਲੋਂ ਸਬਸਕ੍ਰਾਈਬ ਮਿਲਦੇ ਹਾਂ ਨਵੇਂ ਵਲੋਗ 'ਚ, ਅਤੇ ਬਾਕੀ ਨਵਾਂ ਚੈਨਲ ਆਪਾਂ ਲਾਉਣ ਲੱਗੇ ਹਾਂ ਬਸ, ਅਤੇ ਜਿੱਦਾਂ ਨਵਾਂ ਚੈਨਲ ਆਪਾਂ ਹਜੇ ਤਾਂ ਨਾਮ ਹੀ ਸੋਚਣੇ, ਸਮਝ ਨਹੀਂ ਲੱਗਣ ਦੀ ਕਿ ਲਾਲੀ ਰੈਕਰਡਸ ਰੱਖੀਏ, ਲਾਲੀ ਮਿਊਜ਼ਿਕ ਰੱਖੀਏ ਜਾਂ ਕੁਛ ਹੋਰ ਮਿਊਜ਼ਿਕ ਰੈਕਰਡਸ ਰੱਖੀਏ, ਸਮਝ ਨਹੀਂ ਲੱਗਣ ਦੀ। ਸੋ ਕਮੈਂਟ ਕਰਕੇ ਤੁਸੀਂ ਆਹ ਵੀ ਦੱਸਿਓ ਕਿ ਹਮੇ ਨਵੇਂ ਚੈਨਲ ਦਾ ਨਾਂ ਕੀ ਰੱਖੇ ਜਿੱਥੇ ਆਪਾਂ ਗਾਣੇ ਪਾਉਣੇ ਆ। ਸੋ ਇੱਕ ਨਵਾਂ ਗਾਣਾ ਆਉਣ ਲੱਗਾ, ਕਾਲੇ ਨੂੰ ਵੀ ਛੱਡਾਂਗੇ ਆਪਾਂ ਉਸੇ ਚੈਨਲ 'ਤੇ। ਸੋ ਬਸ ਉਦੋਂ ਤੱਕ ਤੁਸੀਂ ਵੇਟ ਕਰੋ, ਅਤੇ ਚੈਨਲ ਦਾ ਨਾਂ ਦੱਸੋ, ਨਾਲ ਹੀ ਆਪਾਂ ਚੈਨਲ ਬਣਾ ਕੇ ਤਾਂ ਗਾਣਾ ਛੱਡਾਂਗੇ ਫਿਰ। ਅਤੇ ਪਹਿਲਾਂ ਤਾਂ ਕਾਲੇ ਨੂੰ ਛੱਡਾਂਗੇ ਉਦੋਂ ਤੱਕ ਵੇਟ ਕਰੋ, ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨਵੇਂ ਵਲੋਗ 'ਚ, ਬਾਏ ਬਾਏ, ਟੇਕ ਕੇਅਰ।